ਬੱਚੇ ਨੂੰ ਰੱਬ ਨੇ ਕੈਸੀ ਕਿਸਮਤ ਦਿੱਤੀ ਹੈ, ਕੈਸੇ ਦਿਮਾਗ ਦੀ ਬੱਚੇ ਨੂੰ ਇਹ ਮਿਲੀ ਆ। ਬੱਚਾ ਆਪਦੀਆਂ ਉਂਗਲਾਂ ਦੇ ਨਾਲ ਅੱਖਾਂ ਵੱਢੀ ਜਾਂਦਾ ਅੰਦਰੋਂ, ਇੱਕ ਅੱਖ ਤਾਂ ਉਹਨੇ ਬਿਲਕੁਲ ਖਰਾਬ ਕਰ ਲਈ ਆ, ਤੁਸੀਂ ਦੇਖੋ, ਤੇ ਇੱਕ ਅੱਖ ਆ ਜਿਹੜੀ ਦੂਸਰੀ ਬੱਚੀ ਆ, ਤੁਸੀਂ ਦੇਖੋ ਉਹਦਾ ਡੇਲਾ ਵਾ ਜਿਹੜਾ ਵਿੱਚੋਂ ਕਾਲਾ ਕੌਰਨੀਆ, ਉਹ ਪੱਟਤਾ, ਉਹ ਐਂ ਲਾਹਤਾ ਉੱਪਰੋਂ ਲੈਣ ਨੋਹਾਂ ਦੇ ਨਾਲ ਏਦਾਂ ਪੱਟ ਪੱਟ ਕੇ। ਬੱਚੇ ਨੂੰ ਜਦੋਂ ਕੁਛ ਦੇਖਦਾ ਵਾ, ਸ਼ਾਇਦ ਇਸ ਦੁਨੀਆਂ ਨੂੰ ਇਹ ਦੇਖਣਾ ਨਹੀਂ ਚਾਹੁੰਦਾ ਵੀ ਇਹਨੇ ਆਪਦੀ ਅੱਖਾਂ ਆਪ ਹੀ ਫੋੜ ਲਈਆਂ, ਸ਼ਾਇਦ ਇਸ ਦੁਨੀਆਂ ਤੋਂ ਇਹ ਮੁਨਕਰ ਹੋ ਰਿਹਾ ਬੱਚਾ ਵੀ ਇੱਕ ਅੱਖ ਤਾਂ ਇਹਨੇ ਆਪਦੀ ਉਂਗਲਾਂ ਮਾਰ ਮਾਰ ਪਾੜ ਲਈ, ਦੂਜੀ ਅੱਖ ਨੂੰ ਵੀ ਪਾੜਨ ਦੀ ਕੋਸ਼ਿਸ਼ ਕਰ ਰਿਹਾ। ਕੀ ਕਰਦਾ ਅੱਖ 'ਚ ਮਾਰਦਾ, ਥੱਲੇ ਮਾਰਦਾ, ਆਪਦੀ ਉਂਗਲ ਮਾਰਦਾ, ਸਾਡੇ ਕੋਲ ਪਹਿਲੀ ਵਾਰ ਆਏ ਹੋ, ਕਿੱਥੋਂ ਆਏ ਤੁਸੀਂ? ਪਿੰਡ ਦਰੀਆਪਾਲ, ਦਰੀਆਪੁਰ। ਇਹ ਕਿੰਨੇ ਭੈਣ ਭਰਾ ਨੇ? ਬੜੀਆਂ। ਤੋਂ ਇਹਦੇ ਜਨਮ ਸਮੇਂ ਕੋਈ ਦਿੱਕਤ ਆਈ ਸੀ? ਰੋਇਆ ਵੀ ਨਹੀਂ? ਬਸ ਉਹੀ ਦਿੱਕਤ ਆ, ਉਹ ਵੀ ਦਿੱਕਤ ਹੀ ਹੈ ਨਾ, ਜਿਹੜਾ ਰੋਇਆ ਨੀ ਬੱਚਾ ਉਹਦੇ ਬ੍ਰੇਨ ਦੀ ਨਸਾਂ ਬੰਦ ਰਹਿ ਗਈਆਂ, ਖੁੱਲੀਆਂ ਨੀ ਨਸਾਂ। ਕੀ ਨਾਂ ਇਹਦਾ? ਇੰਦਰਵੀਰ ਸਿੰਘ। ਇੰਦਰਵੀਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਦੇ ਰੰਗ ਦੇਖੋ ਕਿੱਦਾਂ ਦੇ ਆ। ਇੰਦਰਵੀਰ ਸਿੰਘ ਬੱਚੇ ਦਾ ਜਨਮ ਹੋਇਆ, ਦੋ ਭੈਣਾਂ ਦਾ ਭਰਾ ਵਾ, ਤੇ ਦਰੀਆਪੁਰ ਪਿੰਡ ਤੋਂ ਆਏ ਨੇ, ਜ਼ਿਲ੍ਹਾ ਪੈ ਜਾਂਦਾ ਤੁਹਾਨੂੰ ਨਵਾਂ ਸ਼ਹਿਰ। ਬੱਚੇ ਨੂੰ ਰੱਬ ਨੇ ਕੈਸੀ ਕਿਸਮਤ ਦਿੱਤੀ ਹੈ, ਕੈਸੇ ਦਿਮਾਗ ਦੀ ਬੱਚੇ ਨੂੰ ਇਹ ਮਿਲੀ ਆ। ਬੱਚਾ ਆਪਦੀਆਂ ਉਂਗਲਾਂ ਦੇ ਨਾਲ ਅੱਖਾਂ ਵੱਢੀ ਜਾਂਦਾ ਅੰਦਰੋਂ, ਇੱਕ ਅੱਖ ਤਾਂ ਉਹਨੇ ਬਿਲਕੁਲ ਖਰਾਬ ਕਰ ਲਈ ਆ, ਤੁਸੀਂ ਦੇਖੋ, ਤੇ ਇੱਕ ਅੱਖ ਆ ਜਿਹੜੀ ਦੂਸਰੀ ਬੱਚੀ ਆ, ਤੁਸੀਂ ਦੇਖੋ ਉਹਦਾ ਡੇਲਾ ਵਾ ਜਿਹੜਾ ਵਿੱਚੋਂ ਕਾਲਾ ਕੌਰਨੀਆ, ਉਹ ਪੱਟਤਾ, ਉਹ ਐਂ ਲਾਹਤਾ ਉੱਪਰੋਂ ਲੈਣ ਨੋਹਾਂ ਦੇ ਨਾਲ ਏਦਾਂ ਪੱਟ ਪੱਟ ਕੇ। ਇੱਕ ਅੱਖ ਤਾਂ ਬਿਲਕੁਲ ਡੈਮੇਜ ਹੋ ਚੁੱਕੀ ਆ ਪਹਿਲਾਂ ਹੀ, ਤੇ ਦੂਜੀ ਅੱਖ ਵੀ ਆ ਜਿਹੜੀ ਉਹ ਵੀ ਡੈਮੇਜ ਕਰੀ ਜਾਂਦਾ। ਆਪਦੇ ਬੁੱਲ ਅੰਦਰੋਂ ਵੱਢੇ ਪਏ ਆ, ਦੰਦ ਦੇਖੋ ਤੋੜੇ ਪਏ ਆ, ਆਪਦੇ ਹੀ ਉਂਗਲਾਂ ਮਾਰ ਮਾਰ ਕੇ ਇੱਦਾਂ ਬੁੱਲ ਵੱਢੀ ਜਾਂਦਾ, ਦੰਦ ਪੱਟੀ ਜਾਂਦਾ, ਇੱਦਾਂ ਆਪਦੀ ਅੱਖ ਵੱਢੀ ਜਾਂਦਾ। ਤੁਸੀਂ ਸੋਚ ਕੇ ਦੇਖੋ ਵੀ ਕਿੱਦਾਂ ਦੀ ਸਮੱਸਿਆ ਹੋਊਗੀ ਅਤੇ ਕਿੱਦਾਂ ਦੀ ਤਕਲੀਫ ਹੋਊ ਉਸ ਮਾਂ ਨੂੰ ਜਿਹਨੇ ਆਪਦਾ ਪੁੱਤ ਜੰਮਿਆ, 9 ਮਹੀਨੇ ਕੁੱਖ 'ਚ ਰੱਖਿਆ, ਅਤੇ ਅੱਜ ਉਹ ਆਪਦੀਆਂ ਅੱਖਾਂ ਉਂਗਲਾਂ ਮਾਰ ਮਾਰ ਕੇ ਵਿੱਚੋਂ ਪਾੜੀ ਜਾਂਦਾ। ਇੱਕ ਡੇਲਾ ਤਾਂ ਉਹਨੇ ਖਰਾਬ ਕਰ ਲਿਆ, ਅਤੇ ਦੂਜੀ ਅੱਖ ਨੂੰ ਵੀ ਉਹ ਆਪਦੀ ਅੱਖ ਨੂੰ ਉਂਗਲਾਂ ਮਾਰ ਮਾਰ ਕੇ ਖਤਮ ਕਰ ਰਿਹਾ, ਅਤੇ ਉਹਦੇ ਅੱਖ ਦਾ ਜਿਹੜਾ ਡੇਲਾ ਵਾ ਉਹਦੇ ਵਿੱਚ ਟੋਏ ਪਏ ਪਏ ਆ, ਟੋਏ ਉੱਪਰੋਂ ਅਗੜਾ ਦੁਗੜਾ ਹੋਇਆ ਪਿਆ ਉਂਗਲਾਂ ਮਾਰ ਮਾਰ ਕੇ, ਇਹ ਵੀ ਵੱਢ ਲਿਆ ਉਹਨੇ ਕੌਰਨੀਆ। ਦੇਖੋ
ਹੁਣ ਇਹਨੂੰ ਇਸ ਅੱਖ ਤੋਂ ਵੀ ਲਗਭਗ ਦਿਖਣਾ ਬੰਦ ਹੋ ਚੱਲਿਆ, ਕਿਉਂਕਿ ਅੱਖ ਦੇ ਜਿਹੜਾ ਸੈਂਟਰ ਦੇ ਵਿੱਚ ਕੋਰਨੀਆ ਹੁੰਦਾ ਸਾਡਾ ਕਾਲੇ ਰੰਗ ਦਾ ਡੇਲਾ, ਉਹਨੇ ਦਿਖਾਉਣਾ ਹੁੰਦਾ ਸਾਨੂੰ, ਉਹਦੇ 'ਤੇ ਇਹਨੇ ਮਾਰ ਮਾਰ ਕੇ ਡੈਂਟ ਪਾ ਦਿੱਤੇ ਉੱਤੇ। ਦੇਖੋ ਕਿੱਦਾਂ ਦੀ ਕੁਦਰਤ ਦੇ, ਪਤਾ ਨਹੀਂ ਰੱਬ ਦੇ ਰੰਗਾਂ ਦੀ ਗੱਲ ਆ। ਇਹ ਬੱਚੇ ਨੂੰ ਜਦੋਂ ਕੁਛ ਦਿਖਦਾ ਵਾ, ਸ਼ਾਇਦ ਇਸ ਦੁਨੀਆਂ ਨੂੰ ਇਹ ਦੇਖਣਾ ਨਹੀਂ ਚਾਹੁੰਦਾ ਵੀ ਇਹਨੇ ਆਪਦੀ ਅੱਖਾਂ ਆਪ ਹੀ ਫੋੜ ਲਈਆਂ, ਸ਼ਾਇਦ ਇਸ ਦੁਨੀਆਂ ਤੋਂ ਇਹ ਮੁਨਕਰ ਹੋ ਰਿਹਾ ਬੱਚਾ ਵੀ ਇੱਕ ਅੱਖ ਤਾਂ ਇਹਨੇ ਆਪਦੀ ਉਂਗਲਾਂ ਮਾਰ ਮਾਰ ਪਾੜ ਲਈ, ਦੂਜੀ ਅੱਖ ਨੂੰ ਵੀ ਪਾੜਨ ਦੀ ਕੋਸ਼ਿਸ਼ ਕਰ ਰਿਹਾ। ਅਤੇ ਅੱਜ ਮਾਂ ਇੱਥੇ ਲੈ ਕੇ ਆਈ ਆ ਆਪਣੇ ਪੁੱਤ ਨੂੰ। ਕੀ ਨਾਂ ਦੱਸਿਆ ਤੁਸੀਂ ਇਹਦਾ? ਇੰਦਰਵੀਰ ਸਿੰਘ। ਅਰਦਾਸ ਕਰਿਓ ਇੰਦਰਵੀਰ ਦੀਆਂ ਉਹ ਸਾਰੀਆਂ ਦਿਮਾਗੀ ਇੰਦਰੀਆਂ ਕੰਮ ਕਰਨ ਲੱਗ ਜਾਣ, ਗੁਰੂ ਕਿਰਪਾ ਕਰਨ ਵੀ ਇਹ ਬੱਚਾ ਆਪਣੀ ਸੋਝੀ 'ਚ ਆ ਜਾਵੇ, ਘੱਟੋ ਘੱਟ ਆਪਣੇ ਆਪ ਨੂੰ ਅੱਖਾਂ ਤੋਂ ਅੰਨਾ ਨਾ ਕਰੇ। ਇੱਕ ਅੱਖ ਤਾਂ ਗਈ ਹੋਈ ਹੈ, ਜਿਹੜੀ ਦੂਜੀ ਬਚੀ ਹੈ ਮਾੜੀ ਮੋਟੀ ਬੰਨ੍ਹ ਕੇ ਰੱਖਣਾ ਪੈਂਦਾ, ਹੱਥ ਵੀ ਬੰਨ੍ਹਣੇ ਪੈਂਦੇ ਆ। ਜੇ ਹੱਥ ਖੁੱਲ੍ਹੇ ਛੱਡ ਦਿੰਦੇ ਆ ਤਾਂ ਫਿਰ ਉਹ ਮਾਰਦਾ ਆਪਦੀਆਂ ਅੱਖਾਂ ਦੇ ਵਿੱਚ, ਆਪਦੇ ਮੂੰਹ ਦੇ ਵਿੱਚ, ਆਪਣੇ ਦੰਦਾਂ ਦੇ ਵਿੱਚ, ਆਪਣੇ ਬੁੱਲਾਂ ਦੇ ਵਿੱਚ। ਜੀਭ ਆਪਦੀ ਵੱਢੀ ਜਾਂਦਾ ਹੈ ਦੰਦਾਂ ਨਾਲ। ਕੋਈ ਨਾ ਭੈਣੇ, ਜਿਵੇਂ ਜਿਵੇਂ ਇਹਦੀ ਉਮਰ ਵਧਣੀ ਆ, ਬਸ ਆਪਾਂ ਇਹਨੂੰ ਬਚਾ ਕੇ ਰੱਖੀਏ ਥੋੜਾ ਜਿਹਾ ਵੀ ਇਹ ਨੁਕਸਾਨ ਨਾ ਕਰੇ ਆਪਦਾ। ਤੁਹਾਡਾ ਦੋਹਤਾ, ਇਹਨਾਂ ਦਾ ਦੋਹਤਾ ਪੋਤਰਾ ਵਾ। ਚਲੋ ਮਾਂ, ਤੇਰੇ ਘਰ 'ਚ ਸੇਵਾ ਮਿਲੀ ਹੈ ਤੈਨੂੰ, ਇਹ ਰੱਬ ਨੇ ਕੋਈ ਕਰਮਾਂ ਦਾ ਹਿਸਾਬ ਕਿਤਾਬ ਸੀ ਇਹਦੇ ਨਾਲ ਆਪਣਾ, ਫਿਕਰ ਨਾ ਕਰਮਾ, ਅਸੀਂ ਵੀ ਤੇਰੇ ਨਾਲ ਆ। ਜਿਹੜੀ ਇਹਦੀ ਦਵਾਈ ਦਾਰੂ ਚੱਲੂ, ਜਿਹੜੇ ਇਹਦੇ ਟੈਸਟ ਹੋਣਗੇ, ਉਹ ਸਾਰਾ ਕੁਛ ਆਪਾਂ ਇੱਥੇ ਕਰਾ ਲਾਂਗੇ, ਫਿਕਰ ਨਾ ਕਰ। ਇੰਦਰਵੀਰ ਨੂੰ ਆਪਾਂ ਇੱਥੇ 'ਚ ਰੱਖਣਾ ਵੀ ਪਿਆ, ਰੱਖਾਂਗੇ ਵੀ, ਠੀਕ ਹੈ ਮਾਂ? ਅੱਜ ਤੁਸੀਂ ਡਾਕਟਰ ਨੂੰ ਮਿਲੋ ਜਾ ਕੇ। ਰਿਤਕ, ਰਿਤਕ ਖੜਾ ਸੀ ਇੱਥੇ, ਰਿਤਕ ਇਹ ਬੱਚੇ ਦਾ ਚੈੱਕਅਪ ਕਰਾਉਣਾ ਪੁੱਤ, ਆਪ ਜਾ ਕੇ ਡਾਕਟਰ ਨੂੰ ਮਿਲਣਾ ਅੱਜ। ਇਹਦੇ ਇਹਨੇ ਆਪਦੀ ਇੱਕ ਅੱਖ ਭੰਨ ਲਈ ਜਮਾ ਹੀ, ਆ ਦੇਖ ਦੂਜੀ ਅੱਖ 'ਚ ਵੀ ਉਂਗਲਾਂ ਮਾਰ ਮਾਰ ਕੇ ਉਹਨੇ ਪੱਟਤੀ ਅੱਖ ਦਾ, ਉਹ ਕਾਲਾ ਕੋਰਨੀਆ ਪੱਟ ਲਿਆ। ਆਪ ਡਾਕਟਰ ਨੂੰ ਚੈੱਕਅਪ ਕਰਾ ਕੇ ਮੈਨੂੰ ਰਿਪੋਰਟ ਦੇਣੀ ਹੈ, ਦੱਸਣਾ ਕਿ ਵੀ ਕੀ ਕਿਹਾ ਡਾਕਟਰ ਨੇ, ਕੀ ਦਿੱਕਤ ਆ। ਇੱਕ ਇੱਥੇ ਬੱਚਾ ਹੋਰ ਸੀਗਾ, ਉਹ ਚਲੇ ਗਿਆ ਨਾ? ਉਹ ਵੀ ਚਲੋ ਮਿਲੂਗਾ, ਤੁਹਾਡੇ ਨਾਲ ਜਾਣਗੇ ਬੱਚੇ। ਜਿਹੜੇ ਬੱਚੇ ਇੱਦਾਂ ਦੇ ਤੁਹਾਡੇ ਸਪੈਸ਼ਲ ਚਾਈਲਡ ਹੁੰਦੇ ਆ, ਜਿਹੜੇ ਇੱਦਾਂ ਦੀ ਆਪਰੇਸ਼ਨ ਚਾਹੁੰਦੇ, ਉਹਨੂੰ ਆਪ ਚੈੱਕਅਪ ਕਰਾ ਕੇ ਨਾ ਆਪਦੀ ਡੈਰੀ 'ਤੇ ਵੀ ਨੋਟ ਕਰ ਲਿਆ ਕਰ ਵੀ ਇਹਨੂੰ ਡਾਕਟਰ ਨੇ ਕੀ ਕਿਹਾ। ਮੈਨੂੰ ਵੀ ਆ ਕੇ ਮਿਲਿਆ ਕਰ, ਦੱਸਿਆ ਕਰ ਆ ਕੇ, ਮੈਨੂੰ ਨਹੀਂ ਦੱਸਦਾ ਤੂੰ, ਮੈਨੂੰ ਮਿਲ ਜਾ ਕਰ, ਇੱਕ ਵਾਰੀ ਜ਼ਰੂਰ ਦੱਸ ਕੇ ਜਾਇਆ ਕਰ। ਹੁਣ ਇਹ ਬੱਚੇ ਦਾ ਸਪੈਸ਼ਲ ਚੈੱਕਅਪ ਕਰਾਉਣਾ ਅੱਜ ਤੂੰ, ਮੈਨੂੰ ਦੱਸਣਾ ਹੈ ਨਾ ਕੀ ਕਿਹਾ ਡਾਕਟਰ। ਕਰਿਓ ਜੀ ਅਰਦਾਸ ਇਸ ਬੱਚੇ ਵਾਸਤੇ, ਇਸ ਮਾਂ ਦੇ ਪੁੱਤ ਵਾਸਤੇ, ਦਾਦੀ ਦੇ ਪੋਤੇ ਵਾਸਤੇ, ਭੂਆ ਦੇ ਭਤੀਜੇ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਠੀਕ ਹੈ ਮਾਂ, ਸਤਿ ਸ਼੍ਰੀ ਅਕਾਲ ਮਾਂ, ਸਤਿ ਸ਼੍ਰੀ ਅਕਾਲ। ਆਪਾਂ ਤਾਂ ਮਿਲ